ਆਸਟ੍ਰੇਲੀਆ ਦੀ ਸਿਵਲ ਟ੍ਰਿਬਿਊਨਲ ਨੇ ਇੱਕ ਅਧਿਆਪਕਾ ਖਿਲਾਫ਼ ਸਖ਼ਤ ਕਾਰਵਾਈ ਕੀਤੀ ਜਿਸ ਨੇ ਭਾਰਤੀਆਂ ਲਈ ਇਤਰਾਜ਼ਯੋਗ ਸ਼ਬਦਾਂ ਦੀ ਵਰਤੋਂ ਕੀਤੀ ਸੀ। ਅਸਲ ਵਿੱਚ ਆਸਟ੍ਰੇਲੀਆ ਦੀ ਇੱਕ ਅਧਿਆਪਕਾ ਨੇ 2021 'ਚ ਬਿਜ਼ਨਸ ਸਟੱਡੀਜ਼ ਦੀ ਕਲਾਸ ਦੌਰਾਨ ਭਾਰਤੀਆਂ ਨੂੰ ਉਬੇਰ ਡਰਾਈਵਰ ਅਤੇ ਡਿਲੀਵਰੂ ਲੋਕ ਦੱਸਿਆ ਸੀ। ਇਸ ਮਾਮਲੇ ਵਿੱਚ ਸਿਵਲ ਟ੍ਰਿਬਿਊਨਲ ਨੇ ਅਧਿਆਪਕਾਂ ਨੂੰ ਅਨੁਸ਼ਾਸਨੀ ਚੇਤਾਵਨੀ ਦਿੱਤੀ ਅਤੇ ਨਾਲ ਹੀ ਸਿਖਲਾਈ ਵੀ ਦਿੱਤੀ। ਇੱਕ ਰਿਪੋਰਟ ਮੁਤਾਬਕ ਜੇਮਸ ਐਂਡਰਸ ਦੀ ਕਲਾਸ ਵਿੱਚ ਪੜ੍ਹਨ ਵਾਲੀ ਭਾਰਤੀ ਮੂਲ ਦੀ ਸਾਬਕਾ ਵਿਦਿਆਰਥਣ ਦੀ ਸ਼ਿਕਾਇਤ 'ਤੇ ਕਾਰਵਾਈ ਕਰਦੇ ਹੋਏ ਨਿਊ ਸਾਊਥ ਵੇਲਜ਼ ਸਿਵਲ ਅਤੇ ਪ੍ਰਸ਼ਾਸਨਿਕ ਟ੍ਰਿਬਿਊਨਲ ਨੇ ਸਿੱਖਿਆ ਵਿਭਾਗ ਨੂੰ ਵਿਦਿਆਰਥੀ ਤੋਂ ਅਧਿਕਾਰਤ ਮੁਆਫ਼ੀ ਮੰਗਣ ਲਈ ਵੀ ਕਿਹਾ ਹੈ। ਕ੍ਰੋਨੁੱਲਾ ਹਾਈ ਸਕੂਲ ਦੇ ਐਂਡਰਸਨ ਨੇ ਇੱਕ ਵਿੱਦਿਅਕ ਯੂਟਿਊਬ ਵੀਡੀਓ ਚਲਾਇਆ ਸੀ ਜੋ 3 ਮਾਰਚ 2021 ਨੂੰ ਕਲਾਸ ਲਈ 20 ਮਿੰਟਾਂ ਤੋਂ ਵੱਧ ਚੱਲਿਆ ਸੀ, ਜਿਸ ਵਿੱਚ ਭਾਰਤੀ ਮੂਲ ਦੇ ਇੱਕ ਪੇਸ਼ਕਰਤਾ ਸ਼ਾਮਲ ਸੀ। ਵਿਦਿਆਰਥਣ ਅਨੁਸਾਰ ਐਂਡਰਸ ਨੇ ਇਹ ਕਹਿ ਕੇ ਉਸਦਾ ਮਜ਼ਾਕ ਉਡਾਇਆ ਸੀ ਕਿ ਸਾਰੇ ਭਾਰਤੀ ਉਬੇਰ ਡਰਾਈਵਰ ਅਤੇ ਡਿਲੀਵਰੂ ਲੋਕ ਹਨ ਅਤੇ ਉਹਨਾਂ ਦੀ ਸੇਵਾ ਚੰਗੀ ਨਹੀਂ ਹੈ। ਘਟਨਾ 'ਤੇ ਸਕੂਲ ਦੇ ਪ੍ਰਿੰਸੀਪਲ ਦੇ ਜਵਾਬ ਤੋਂ ਅਸੰਤੁਸ਼ਟ ਵਿਦਿਆਰਥਣ ਅਤੇ ਉਸਦੇ ਮਾਪਿਆਂ ਨੇ ਟ੍ਰਿਬਿਊਨਲ ਕੋਲ ਪਹੁੰਚ ਕੀਤੀ ਅਤੇ ਸ਼ਿਕਾਇਤ ਦਰਜ ਕਰਵਾਈ। ਦ ਹਿਲਾਲਟ ਮੁਤਾਬਕ ਵਿਦਿਆਰਥਣ ਨੇ ਆਪਣੇ ਬਿਆਨ ਵਿੱਚ ਕਿਹਾ ਕਿ ਜਿਵੇਂ ਵੀਡੀਓ ਚੱਲ ਰਿਹਾ ਸੀ ਤਾਂ ਮਿਸਟਰ ਐਂਡਰਸ ਨੂੰ ਮੁਸਕਰਾਉਂਦੇ ਹੋਏ ਕਈ ਵਾਰ ਉਸ ਵੱਲ ਵੇਖਿਆ ਅਤੇ ਔਰਤ ਅਤੇ ਉਸਦੇ ਲਹਿਜੇ 'ਤੇ ਮਜ਼ਾਕ ਉਡਾਉਣਾ ਜਾਰੀ ਰੱਖਿਆ। ਵਿਦਿਆਰਥਣ ਮੁਤਾਬਕ ਉਹ ਦੁਖੀ ਅਤੇ ਬੇਚੈਨ ਸੀ। ਮਿਸਟਰ ਐਂਡਰਸ ਨੇ ਵੀਡੀਓ ਦੌਰਾਨ ਉਸ ਵੱਲ ਦੇਖਿਆ ਅਤੇ ਉਸਨੇ ਭਾਰਤੀ ਪੇਸ਼ਕਰਤਾ ਦਾ ਮਜ਼ਾਕ ਉਡਾਇਆ। ਇਹ ਸ਼ਰਮਨਾਕ ਅਤੇ ਦੁਖਦਾਈ ਸੀ। ਵਿਦਿਆਰਥਣ ਨੇ ਟ੍ਰਿਬਿਊਨਲ ਨੂੰ ਇਹ ਵੀ ਦੱਸਿਆ ਕਿ ਐਂਡਰਸਨ ਨੇ ਕਲਾਸ ਵਿੱਚ ਇੱਕ ਹੋਰ ਵਿਦਿਆਰਥੀ ਦੇ ਵਾਰ ਵਾਰ ਵੀਡੀਓ ਨੂੰ ਬੰਦ ਕਰਨ ਲਈ ਕਹਿਣ ਦੇ ਬਾਵਜੂਦ ਵੀਡੀਓ ਚਲਾਉਣਾ ਜਾਰੀ ਰੱਖਿਆ। ਐਂਡਰਸ ਨੇ ਪੇਸ਼ਕਰਤਾ ਦਾ ਮਜ਼ਾਕ ਉਡਾਉਣ ਤੋਂ ਇਨਕਾਰ ਕੀਤਾ ਪਰ ਮੰਨਿਆ ਕਿ ਉਸਦੇ ਬਿਆਨ ਅਣਉਚਿਤ ਸਨ। ਸ਼ਿਕਾਇਤਕਰਤਾ ਮੁਤਾਬਕ ਉਸ ਦਿਨ ਕਲਾਸ ਵਿੱਚ ਬਾਕੀ ਵਿਦਿਆਰਥੀ ਦੁਆਰਾ ਕੋਈ ਪ੍ਰਤੀਕਿਰਿਆ ਨਹੀਂ ਦਿੱਤੀ ਗਈ। ਉੱਧਰ ਐਂਡਰਸ ਨੂੰ ਇੱਕ ਅਨੁਸ਼ਾਸਨੀ ਚੇਤਾਵਨੀ ਦਿੱਤੀ ਗਈ ਅਤੇ ਪਿਛਲੇ ਹਫ਼ਤੇ ਟ੍ਰਿਬਿਊਨਲ ਤੋਂ ਸਿਖਲਾਈ ਵੀ ਦਿੱਤੀ ਗਈ ਜਿਸ ਨੇ ਵਿਦਿਆਰਥੀ ਦੀ ਨਸਲੀ ਅਪਮਾਨ ਦੀ ਸ਼ਿਕਾਇਤ ਨੂੰ ਪ੍ਰਮਾਣਿਤ ਪਾਇਆ। ਸਿੱਖਿਆ ਵਿਭਾਗ ਦੇ ਇੱਕ ਬੁਲਾਰੇ ਨੇ ਕਿਹਾ ਕਿ ਅਸੀਂ ਨਸਲਵਾਦ ਦੇ ਸਾਰੇ ਰੂਪਾਂ ਨੂੰ ਰੱਦ ਕਰਦੇ ਹਾਂ ਅਤੇ NSW ਪਬਲਿਕ ਸਕੂਲਾਂ ਵਿੱਚ ਨਸਲੀ ਵਿਤਕਰੇ ਨੂੰ ਖਤਮ ਕਰਨ ਲਈ ਵੀ ਵਚਨਬੱਧ ਹਾਂ।